ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਆ ਮੋਹਾਲੀ। ਨਜਾਇਜ਼ ਮਾਈਨਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਦੇ ਵਿੱਚ ਕੀਤਾ ਗਿਆ ਵਿਰੋਧ, ਔਰ ਇਸ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਆਪਣੇ ਅਨੇਕ ਸਮਰਥਕਾਂ ਦੇ ਨਾਲ ਪਹੁੰਚੇ, ਔਰ ਇਹਨਾਂ ਤੋਂ ਇਲਾਵਾ ਹੋਰ ਕੀ ਗੱਲਬਾਤ ਹੋਈ ਹੈ ਪੂਰੀ ਜਾਣਕਾਰੀ ਦੇਣ ਵਾਸਤੇ ਮੋਹਾਲੀ ਤੋਂ ਮੇਰੇ ਨਾਲ ਜਤਿੰਦਰ ਸੱਭਰਵਾਲ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸੱਭਰਵਾਲ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਦੇਖੋ ਸੋਤਾ ਸਾਹਿਬ, ਮੋਹਾਲੀ ਦੇ ਨਾਲ ਦੇ ਜਿਹੜੇ ਸ਼ਹਿਰ ਹੈਗੇ ਆ, ਕਸਬੇ, ਆਧੁਨਿਕ ਟਾਊਨ ਜਿਵੇਂ ਕਿ ਡੇਰਾ ਬੱਸੀ, ਲਾਲੜੂ, ਜ਼ੀਰਕਪੁਰ ਔਰ ਛੱਤਬੀੜ, ਜਿਹੜਾ ਸੱਤ ਜੂ ਆ, ਚਿੜੀਆ ਘਰ ਆ ਜੀ, ਉਸਦੇ ਆਸ ਪਾਸ ਗੈਰ ਕਾਨੂੰਨੀ ਮਾਈਨਿੰਗ ਵੀ ਹੋ ਰਹੀ ਆ, ਔਰ ਦੂਜੇ ਪਾਸੇ ਇੱਕ ਸਲਾਹਕਾਰ ਦੱਸਿਆ ਜਾ ਰਿਹਾ ਵਾ ਮੁੱਖ ਮੰਤਰੀ ਪੰਜਾਬ ਦਾ, ਕੇ ਢਿੱਲੋਂ, ਉਹਨਾਂ ਦੇ ਦੋਸ਼ ਲੱਗ ਰਹੇ ਨੇ ਕਿ ਉਹ ਮਾਈਨਿੰਗ ਕਰਵਾ ਰਹੇ ਨੇ। ਮਾਮਲਾ ਇਸ ਤਰ੍ਹਾਂ ਹੋਇਆ ਕਿ ਕੁਝ ਦਿਨ ਪਹਿਲਾਂ 9 ਤਰੀਕ ਨੂੰ ਐਨਕੇ ਸ਼ਰਮਾ, ਹਲਕਾ ਵਿਧਾਇਕ ਡੇਰਾ ਬੱਸੀ, ਨੇ ਲਾਈਵ ਹੋ ਕੇ ਫੇਸਬੁੱਕ ਤੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਇਆ, ਔਰ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਜੀ। ਔਰ 11 ਤਰੀਕ ਦਾ ਅਲਟੀਮੇਟਮ ਦੇ ਕੇ ਗਏ ਸੀਗੇ ਧਰਨੇ ਦਾ। ਅੱਜ ਬਾਅਦ ਦੁਪਹਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਜਿਹੜੀ ਆ ਗੁੰਡਾ ਪਰਚੀ ਉੱਥੇ ਲਈ ਜਾਂਦੀ ਆ, ਜਿਹੜਾ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਲੋਕਾਂ ਕੋਲੋਂ, ਦੇਖਿਆ ਜਾਂਦਾ ਕਿ ਜਿਹੜੇ ਉੱਥੇ ਬਾਹਰੋਂ ਦੀ ਗੱਡੀਆਂ ਭਰ ਕੇ ਲਿਆਂਦੇ ਨੇ, ਟੈਕਸ ਵਗੈਰਾ ਪੂਰਾ ਪੇ ਕੀਤਾ ਹੁੰਦਾ ਵਾ ਕਰੈਸ਼ਰਾਂ ਵਾਲਿਆਂ ਨੇ, ਜਿਵੇਂ ਸਾਡੇ ਵਰਗੇ ਨੇ ਕਿਸੇ ਨੇ ਘਰ ਪਾਉਣਾ ਹੋਵੇ, ਔਰ ਪਿੱਛੋਂ ਜਦੋਂ ਆਪਾਂ ਆਪਣੇ ਘਰ ਦੀ ਰੇਤਾ, ਬਜਰੀ, ਰੋੜੀ ਜਾਂ ਕੋਈ ਚੀਜ਼ ਲਿਆਉਂਦੇ ਆ, ਔਰ ਬਕਾਇਦਾ ਉਹਦੀ GST ਰਾਇਲਟੀ ਪੇ ਕੀਤੀ ਹੁੰਦੀ ਆ, ਉਸਦੇ ਬਾਵਜੂਦ ਵੀ ਇਹ ਦੋਸ਼ ਲੱਗ ਰਹੇ ਸਨ ਐਨਕੇ ਸ਼ਰਮਾ ਨੇ ਜਿਹੜੇ ਲਗਾਏ ਆ, ਕਿ ਉਹ ਗੱਡੀ ਨੂੰ ਰੋਕ ਕੇ ਔਰ 2000 ਰੁਪਇਆ ਘੱਟੋ ਘੱਟ ਪ੍ਰਤੀ ਗੱਡੀ ਉਹ ਗੁੰਡਾ ਪਰਚੀ ਜਿਹੜੀ ਆ ਉਹ ਵਸੂਲ ਰਹੇ ਨੇ, ਔਰ ਉਹਦੇ ਚ ਕੁਝ ਮਤਲਬ ਕਾਂਗਰਸ ਦੇ ਜਿਹੜੇ ਲੀਡਰਾਂ ਦਾ ਨਾਮ ਸਾਹਮਣੇ ਆਇਆ। ਔਰ ਦੂਜੀ ਗੱਲ ਆ ਕਿ ਜੇ ਕੋਈ ਛੋਟੀ ਰੇਹੜੀ ਤੇ ਵੀ ਅਗਰ ਕੋਈ ਸਮਾਨ ਲੈ ਕੇ ਆਉਂਦਾ ਵਾ ਥੋੜਾ ਜਿਹਾ, ਉਸ ਤੋਂ ਵੀ ਇਹ 500 ਰੁਪਏ ਤੱਕ ਤੋਂ ਲੈ ਕੇ 200 ਰੁਪਏ ਤੱਕ ਦੀ ਪਰਚੀ ਕੱਟਦੇ ਨੇ। ਸੋਤਾ ਸਾਹਿਬ, ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਈਨਿੰਗ ਨਾਮ ਦੀ ਇੱਥੇ ਕੋਈ ਅਜੇ ਲੀਗਲ ਪਾਲਿਸੀ ਨਹੀਂ ਬਣੀ, ਇਹ ਸਾਰਾ ਮੈਟਰ ਜਿਹੜਾ ਇਲੀਗਲ ਚੱਲਦਾ ਪਿਆ ਸੀ, ਜਿਸ ਨੂੰ ਲੈ ਕੇ ਅੱਜ ਭਾਜਪਾ ਤੇ ਅਕਾਲੀ ਦਲ ਨੇ ਮੋਹਾਲੀ ਪ੍ਰਸ਼ਾਸਨ ਨੂੰ ਲੈ ਕੇ DC ਦਫ਼ਤਰ, SSP ਦਫ਼ਤਰ ਦੇ ਅੱਗੇ ਬਹੁਤ ਵੱਡਾ ਰੋਸ ਮੁਜ਼ਾਹਰਾ ਕੀਤਾ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ, ਉਹ ਸਾਬਕਾ ਉਪ ਮੰਤਰੀ, ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਸਮੂਹ ਲੀਡਰਸ਼ਿਪ, ਹਲਕਾ ਵਿਧਾਇਕ ਆਪਣਾ ਡੇਰਾ ਬੱਸੀ ਐਨਕੇ ਸ਼ਰਮਾ ਨੇ ਸ਼ਮੂਲੀਅਤ ਕੀਤੀ, ਔਰ ਉਹਨਾਂ ਨੇ ਤਾੜਨਾ ਕੀਤੀ ਆ ਕਿ ਜੇ ਇਹ ਚੀਜ਼ਾਂ ਬੰਦ ਨਾ ਹੋਈਆਂ ਤਾਂ 1.5 ਸਾਲ ਰਹਿ ਗਿਆ ਕਾਂਗਰਸ ਸਰਕਾਰ ਦਾ, ਉਸ ਤੋਂ ਬਾਅਦ ਜਦੋਂ ਸਰਕਾਰ ਬਦਲੂਗੀ ਔਰ ਜਿਹੜੇ ਜਿਹੜੇ ਲੋਕ ਇਹ 'ਚ ਸ਼ਾਮਲ ਆ ਔਰ ਜਿਹੜੇ ਜਿਹੜੇ ਪੁਲਿਸ ਅਧਿਕਾਰੀ ਇਹਦੇ 'ਚ ਉਹਨਾਂ ਦੀ ਮਦਦ ਕਰ ਰਹੇ ਆ, ਉਹਨਾਂ ਨੇ ਸਪਸ਼ਟ ਕਿਹਾ ਵੀ ਜਿਹੜਾ SSP ਜਾਂ ਜਿਹੜਾ ਅਧਿਕਾਰੀ ਇਹ 'ਚ ਸ਼ਾਮਲ ਪਾਇਆ ਗਿਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਔਰ ਇਹ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ, ਇਸ ਪ੍ਰੋਟੈਸਟ ਵਿੱਚ ਜਿਹੜੇ ਸਟੋਨ ਕਰੈਸ਼ਰ ਦੇ ਯੂਨੀਅਨ ਦੇ ਮਾਲਕ ਆ ਮਿਸਟਰ ਬੰਸਲ, ਉਹ ਵੀ ਆਏ ਸੀ, ਉਹ ਵੀ ਆਪਣਾ ਮੰਗ ਪੱਤਰ ਦੇ ਗਏ। ਉਹਨਾਂ ਨੇ ਮੰਗ ਕੀਤੀ ਆ ਕਿ ਇੱਥੇ ਪੰਜਾਬ ਪੁਲਿਸ ਦਾ ਕੋਈ ਜਵਾਨ ਨਹੀਂ ਤੈਨਾਤ ਹੋਣਾ ਚਾਹੀਦਾ ਜਿਹੜਾ ਨਾਕਾ ਵਾ ਚੈਕਿੰਗ ਕਰਨ ਵਾਲਾ ਮਾਈਨਿੰਗ ਅਧਿਕਾਰੀਆਂ ਦੇ ਨਾਲ, ਉੱਥੇ CRPF ਲਗਾਈ ਜਾਣੀ ਚਾਹੀਦੀ ਹੈ। ਇਹ ਸਾਰਾ ਮਾਮਲਾ ਜਿਹੜਾ ਵਾ, ਇਹ ਜੋ ਬਾਈਟ ਆ, ਅਸੀਂ ਗੱਲਬਾਤ ਵੀ ਕੀਤੀ ਆ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ, ਔਰ ਇਸ ਤੋਂ ਇਲਾਵਾ ਜਿਹੜੀਆਂ ਸਪੀਚਾਂ ਵਾ, ਦਲੀਲਾਂ ਵਾ ਲੀਡਰਾਂ ਦੀਆਂ, ਉਹ ਵੀ ਅਸੀਂ ਰਿਕਾਰਡ ਕੀਤੀਆਂ ਜਿਹੜੀਆਂ ਦਰਸ਼ਕ ਦੇਖ ਸਕਦੇ ਨੇ। ਬਹੁਤ ਬਹੁਤ ਮਿਹਰਬਾਨੀ ਸੱਭਰਵਾਲ ਸਾਹਿਬ, ਤੁਸੀਂ ਅਪਡੇਟ ਦਿੱਤੀ ਆ। ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਮਾਫੀਆ, ਸੈਂਡ ਮਾਫੀਆ ਤੇ ਡਰੱਗ ਮਾਫੀਆ ਦੇ ਕਿੰਗ ਬਣ ਗਏ ਹਨ। ਸਾਰੀਆਂ ਚੀਜ਼ਾਂ
ਹੁਣ ਇਹਨਾਂ ਨੇ ਕਬਜ਼ੇ 'ਚ ਕਰ ਲਈਆਂ, ਲੋਕਾਂ ਦੇ ਧੱਕੇ ਹੋ ਰਹੇ ਆ, ਜਿਹੜਾ ਇਹਨਾਂ ਦਾ ਵਿਰੋਧ ਕਰਦਾ ਉਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰਦੇ ਆ। ਗੁੰਡਾ ਰਾਜ ਪੰਜਾਬ ਚੱਲ ਰਿਹਾ, ਗੁੰਡਾ ਰਾਜ। ਮੈਂ ਤਾਂ ਕਹਿ ਰਿਹਾ ਚਾਰੋ ਤਰਫ ਗੁੰਡਾ ਚੈੱਕ ਚੱਲ ਰਿਹਾ। ਇੱਥੇ ਅੱਜ ਦੀ ਤਰੀਕ ਕੋਈ ਵੀ ਲੀਗਲ ਮਾਈਨਿੰਗ ਨਹੀਂ ਹੈ, ਸੋ ਕਿਸੇ ਕੋਈ ਸਰਕਾਰੀ ਖਜ਼ਾਨੇ ਦੀ ਕੋਈ ਜਿਹੜਾ ਉਹਨੇ ਨਾਂ ਤੇ ਲੈ ਰਿਹਾ ਪੈਸਾ, ਉਹ ਡਕੈਤੀ ਕਰ ਰਿਹਾ, ਲੁੱਟ ਰਿਹਾ, ਤੇ ਐਸਐਸਪੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਇਲਾਕੇ 'ਚ ਕਿੰਨੀ ਲੁੱਟ ਚੱਲ ਰਹੀ ਹੈ। ਆ ਸਾਰੀ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ, ਦਲੇਰੀ ਫੜੋ, ਇੰਨਾ ਕਾਂਗਰਸੀਆਂ ਮੰਤਰੀਆਂ ਤੋਂ ਡਰਨਾ ਛੱਡੋ, ਕਿਉਂਕਿ ਆਹ ਤਾਂ ਮੰਤਰੀ ਹੁਣ 1.5 ਸਾਲ ਦੇ ਹੀ ਰਹਿ ਗਏ ਹੈ, ਉਮਰ ਇਹਨਾਂ ਦੀ ਖਤਮ ਆ। ਹੁਣ ਜੇ ਬੇਇਨਸਾਫੀ ਤੁਸੀਂ ਗਲਤ ਕਰੋਗੇ ਤੇ ਇਨਸਾਫ ਤੁਹਾਨੂੰ ਹੀ ਦੇਣਾ। ਪੰਜਾਬ ਸਰਕਾਰ ਨੇ ਜਿਹੜੀ ਮਾਈਨਿੰਗ ਪਾਲਿਸੀ ਉਹ ਨਵੀਂ ਬਣਾਈ ਸੀ, ਸਾਰੇ ਪੰਜਾਬ ਨੂੰ ਕਲਸਟਰਾਂ ਦੇ ਵਿੱਚ ਵੰਡਤਾ ਸੀ, ਔਰ ਉਦੋਂ ਦਾਵਾ ਕੀਤਾ ਸੀ ਕਿ ਇਲੀਗਲ ਮਾਈਨਿੰਗ ਔਰ ਗੁੰਡਾ ਟੈਕਸ ਬੰਦ ਹੋ ਜਾਊਗਾ, ਰੈਵਨਿਊ ਵਧੂਗਾ ਮਾਈਨਿੰਗ ਤੋਂ। ਹਾਂ, ਆਈ ਇਹਨਾਂ ਨੇ ਕੀਤਾ, ਇਹਨਾਂ ਨੇ 7 ਕਲਸਟਰ ਬਣਾਏ ਮੋਨੋਪਲੀ ਕਰਨ ਵਾਸਤੇ, ਆਪਣੇ ਚਹੇਤਿਆਂ ਨੂੰ ਰਿਜ਼ਰਵ ਪ੍ਰਾਈਸ 'ਤੇ ਦੇਤੇ, ਪਰ ਬੜੀ ਸ਼ਰਾਰਤ ਨਾਲ ਇੱਕ ਥੱਲੇ ਕਲੋਜ਼ ਪਾਤਾ ਕਿ ਇਹਨਾਂ ਨੇ ਜਦੋਂ 300 ਕਰੋੜ ਦੀ ਆਕਸ਼ਨ ਕੀਤੀ, ਕਹਿੰਦੇ ਜੀ ਪੈਸਾ ਤਾਂ ਦੇਣਾ ਪਊਗਾ ਜਦੋਂ ਸਾਰੀਆਂ ਕਲੀਅਰੈਂਸਿਸ ਮਿਲਣਗੀਆਂ ਸਰਕਾਰ ਤਰਫੋਂ। ਅਤੇ ਸਰ ਉਹਨੇ ਮਾਈਨਿੰਗ ਨਾਲ ਰਲ ਕੇ ਉਹਨਾਂ ਨੇ ਕਹਿਤਾ ਸਰਕਾਰ ਤੋਂ ਕਲੀਅਰੈਂਸ ਲੈਣ ਦੀ ਲੋੜ ਨਹੀਂ, ਉਹਨਾਂ ਨੇ ਕਲੀਅਰੈਂਸ ਦਿੱਤੀ ਨਹੀਂ, 6 ਮਹੀਨੇ ਹੋ ਗਏ, 7-8 ਮਹੀਨੇ ਹੋ ਗਏ, ਤਕਰੀਬਨ 250 ਕਰੋੜ ਰੁਪਇਆ ਖਜ਼ਾਨੇ ਦਾ ਲੁੱਟ ਕੇ ਲੈ ਗਏ, ਅਤੇ ਹੁਣ ਕਰਨਗੇ, ਹਾਲੇ ਵੀ ਨਹੀਂ ਸਿਲੰਡਰ, ਸਾਰੀਆਂ ਮਾਈਨਾਂ ਦਾ ਪਹਿਲੇ ਦਿਨ ਤੋਂ ਕਬਜ਼ਾ ਕਰ ਲਿਆ ਇਹਨਾਂ ਨੇ, ਪਰ ਸਰਕਾਰ ਨੂੰ ਪੈਸਾ ਨਹੀਂ ਦੇ ਰਿਹਾ, ਆਪ ਗੁੰਡਾ ਟੈਕਸ ਲੈ ਕੇ ਆਪਣੀ ਜੇਬਾਂ 'ਚ ਜਾ ਰਹੇ ਇਹਨਾਂ ਦੇ, ਇਸ ਕਰਕੇ ਸਾਰਿਆਂ ਦਾ ਸਾਫ ਦੇਣਾ ਪਊਗਾ, ਕਿਉਂਕਿ ਆ ਸਾਰਾ ਖਜ਼ਾਨੇ ਦੀ ਲੁੱਟ ਹੈ। ਸੁਖਬੀਰ ਜੀ, ਸਿਟੀਜ਼ਨ ਅਮੈਂਡਮੈਂਟ ਬਿੱਲ ਜੋ ਹੈ ਕਾਂਗਰਸ ਵਿਰੋਧ ਕਰ ਰਹੀ ਹੈ, ਇਸ ਨੂੰ ਲੇਕਰ ਕਿੰਨਾ ਫਾਇਦਾ ਹੋਗਾ ਆਪਕੋ ਲਗਤਾ ਹੈ ਉਸ ਸੇ? ਸੀ, ਸ਼੍ਰੋਮਣੀ ਅਕਾਲੀ ਦਲ, ਹਿੰਦੀ ਪਲੀਜ਼, ਸ਼੍ਰੋਮਣੀ ਜੋ ਅਕਾਲੀ ਦਲ ਕਾ ਸਟੈਂਡ ਬੜਾ ਕਲੀਅਰ ਹੈ, ਗਾਣਾ ਮਾਰੋ ਯਾਰ, ਹਮਨੇ ਪਿਛਲੇ 20 ਸਾਲ ਸੇ ਹਮ ਲਗ ਰਹੇ ਹੈ ਕਿ ਹਮਾਰੇ ਸਿੱਖ ਬਹਿਨ ਭਾਈ ਜੋ ਪਾਕਿਸਤਾਨ ਮੇਂ ਅਫਗਾਨਿਸਤਾਨ ਮੇਂ ਥੇ, ਜਿਨਕੇ ਬੜੀ ਬੇਇਨਸਾਫੀ ਹੋਈ, ਉਹ ਜੋ ਵਹਾਂ ਸੇ ਆਏ, ਉਨਕੋ ਸਿਟੀਜ਼ਨ ਦਿਆ ਜਾਏ। ਪਰ ਮੈਨੇ ਪਾਰਲੀਮੈਂਟ ਮੇਂ ਰਿਕੁਐਸਟ ਕੀ ਹੋਮ ਮਿਨਿਸਟਰ ਕੋ ਵੀ ਕਿ ਇੱਕ ਇੰਪ੍ਰੈਸ਼ਨ ਜੋ ਜਾ ਰਿਹਾ ਹੈ ਕਿ ਐਂਟੀ ਇੱਕ ਕਮਿਊਨਿਟੀ ਹੈ, ਉਹ ਨਹੀਂ ਜਾਣਾ ਚਾਹੀਏ। ਆਪ ਮੁਸਲਿਮ ਵਰਡ ਜ਼ਰੂਰ ਇੰਸਰਟ ਕਰੇ, ਕਿਉਂਕਿ ਹਮਾਰਾ ਸੈਕੂਲਰ ਨੇਸ਼ਨ ਹੈ, ਹਮੇ ਇੱਕ ਵੀ ਇੰਚ ਇੱਕ ਵੀ ਪਰਸੈਂਟੇਜ ਕਿਸੀ ਕੋ ਫੀਲਿੰਗ ਨਹੀਂ ਹਮਾਰੇ ਦੇਸ਼ ਮੇਂ ਹੋਣੀ ਚਾਹੀਏ ਕਿ ਇਹ ਹਮਾਰੇ ਖਿਲਾਫ਼ ਇਹ ਕੋਈ ਚੀਜ਼ ਸਾਜ਼ਿਸ਼ ਹੈ। ਇਸ ਲਈ ਮੈਂ ਰਿਕੁਐਸਟ ਕਰਤਾ ਹੂੰ, ਫਿਰ ਸੇ ਮੈਨੇ ਪਾਰਲੀਮੈਂਟ ਵੀ ਰਿਕੁਐਸਟ ਕੀ ਹੈ, ਪਾਰਟੀ ਤਰਫ ਸੇ ਫਿਰ ਸੇ ਰਿਕੁਐਸਟ ਕਰੋ, ਵਰਡ ਮੁਸਲਿਮ ਜ਼ਰੂਰ ਐਡ ਕੀਆ ਜਾਏ, ਐਂਡ ਸੋ ਦੈਟ ਜਿਤਨੇ ਵੀ ਹੈ, 100 ਹੈ, 50 ਹੈ, ਜਿਤਨੇ ਵੀ ਹੈ, ਜੋ ਪਰਸਿਕ ਜੋ ਐਨ ਵਾਂ ਹੋਗੇ ਨਹੀਂ, ਕਿਉਂਕਿ ਉਹ ਮਜੋਰਟੀ ਉਸ ਉਨ ਦੇਸ਼ੋ ਮੇਂ, ਕਿਉਂਕਿ ਉਨਕੀ ਮਜੋਰਟੀ ਹੈ, ਵਾਂ ਪਰਸੀਕਿਊਸ਼ਨ ਹੋਤੀ ਨਹੀਂ। ਪਰ ਅਗਰ ਕੋਈ ਹੈ ਐਗਜ਼ਾਮਪਲ ਹੈ, ਆਪਕੀ ਕਮੇਟੀ ਹੈ ਮੈਰਿਟ ਮੇਂ ਦੇਖ ਲਈ, ਪਰ ਇਹ ਐਸਾ ਐਕਸਕਲੂਡ ਕਰਨਾ, ਇੱਕ ਜਨਰਲ ਸੈਂਟੀਮੈਂਟਸ ਖਰਾਬ ਜਾ ਰਿਹਾ। ਪਰ ਵੀ ਸਟਰੋਂਗਲੀ ਸਪੋਰਟ ਦਿਸ ਬਿੱਲ, ਕਿਉਂਕਿ ਜੋ ਲੋਕ ਵਾਂ ਕਿਤਨੇ ਸਾਲੋਂ ਸੇ ਯਹਾਂ ਰਹਿ ਰਹੇ ਹੈ, ਜੋ ਉਹਨੂੰ ਆਪਣੇ ਘਰ ਛੋੜ ਕੇ ਯਹਾਂ ਆਏ ਹੈ,
उनका भारत में उनका घर जरूर उनका बनना चाहिए। असी कमेटी बनाई है यार, मेरे बड़े सत्कारयोग बुजुर्ग है, मैं तो उन्होंने बच्चों वर्ग है, मैं उन्होंने बारे कोई जो उन्हें करना जब मैं उन्होंने कमेंट नहीं करना चाहता। ऐसी हुण तक दी अपडेट, नवीं ते ताज़ा खबरों लई जुड़े रहो एवन पंजाबी टीवी दे नाल।